पहुंच गया। अच्छा जी, तो मेरा किराया दे दियो। किराया तो देने हैं, किराया तो मैं बिल खुद कर देना, पहुंचो तो। कुछ होर लेना बहुत बढ़िया भैन, क्या सेकला कम मेरा बन रही है।
ਬਕਵਾਸ ਕਰਦੇ ਆ ਠੀਕ ਤਾਂ ਓਏ ਸਿਲੰਡਰ ਆ ਤੇ ਗੁਰੂ ਜੀ ਸੇੜ ਦੇ ਆਉਣ ਦਾ ਟਾਈਮ ਆ ਹਾਂਜੀ ਆਉਣ ਦਾ ਰੈਵਨਿਊ ਨੂੰ ਪਤਾ ਇੱਥੇ ਗਰੀਬਾਂ ਦੀ ਭੈਣ ਕੱਢ ਲੈਣੀ ਜਿਹੜਾ ਇਸ ਇਲਾਕੇ ਦੇ ਵਿੱਚ ਲੜਦੇ ਆ ਸੇਠ ਸਾਹਿਬ ਤੁਹਾਨੂੰ ਦੱਸ ਤੂੰ ਤਾਂ ਬਹੁਤਾ ਹੀ ਆ ਓਏ ਤੇ ਤੋਂ ਤਾਂ ਲੱਗਦਾ ਵੀ ਤੇਰਾ ਇਲਾਕਾ ਵੀ ਕੁਝ ਨਹੀਂ ਜਾਣਦੇ ਹੋ ਤੁਹਾਡਾ ਰੇਸ ਵਾਲਾ ਹੱਥ ਬਹੁਤ ਭਾਰਾ ਵਾ ਸੇਠ ਸਾਹਿਬ खरबापति हो गए बहुत ज्यादा जुल्म किए ने सब तो पहले सैकटरी बात सुनो जी जी 5 लाख रुपया फड़ हाँ जी उतो कोई जहाज रेंट से मंगवाओ जहाज रेंट से मंगवा के तुम्हारे मामे का पोता उन्होंने बुला ली है मामे का पोता नहीं बुलाऊंगा क्योंकि मैं नहीं बुलाऊंगा उन्हें हेलीकॉप्टर मंगवा के ये आवाम के बीच सुटने ते ज्यादा पैसे गुलामाबाद वाली साइड से सुटने और उधर अली इस करके सुटे गुलामाबाद क्यों सुटने हैं साडा घर उठे है ਸਾਡੇ ਰਿਸ਼ਤੇਦਾਰ ਉੱਥੇ ਨੇ ਸਾਡਾ ਖਾਨਦਾਨ ਉੱਥੇ ਆ ਉਹ ਜੇ ਸਾਡੇ ਪੈਸੇ ਸਾਡੇ ਖਾਨਦਾਨ ਦੇ ਕੰਮ ਨਹੀਂ ਆਉਣ ਤੇ ਕਿਹਦੇ ਆਉਣ ਇਹ ਗਰੀਬ ਇਲਾਕਾ ਜਿੱਥੇ ਵੀ ਦੇਖੇ ਉੱਥੇ ਪੈਸੇ ਛੁੱਟਣੇ ਨੇ ਥੋੜੇ ਸਾਡੇ ਲਾਗੇ ਥੋੜੇ ਸਾਡੇ ਲਾਗੇ ਹੀ ਛੁੱਟ ਦਿਓ ਨਾਲ ਹੀ ਆ ਬੈਰੀਆ ਟਾਉਨ ਆ ਜੀ ਇਸ ਤਰ੍ਹਾਂ ਕਰ ਪੁੱਤਰ ਇਸ ਤਰ੍ਹਾਂ ਕਰ ਰਜਿਸਟਰ ਬਾਣ ਤੇ ਜਿੰਨੇ ਵੀ ਇਸ ਇਲਾਕੇ ਦੇ ਗਰੀਬ ਨੇ ਮੇਰੇ ਨਜ਼ਦੀਕ ਨਹੀਂ ਆਉਂਦੇ बगैर इस तरह कर 50,000 रुपये का सिर धनिया लै गया जे यही परिजाद पेंट कोट कहने देता सैकटरी मेरे को गरीब पूरे करता मेरे तो बड़े मुश्किल अच्छा गल सुन सड़क लम्मा पा के ਇਹਨਾਂ ਦੇ ਮੂੰਹ ਦੇ ਉੱਤੇ ਗੱਡੀ ਲਗਾਉਣੀ ਤੇ ਸਿੱਧੀ ਲਗਾਉਣੀ ਨਹੀਂ ਇੱਕ ਵਾਰੀ ਵਾਪਸ ਲੈ ਕੇ ਆਉਣੀ ਇਹਨਾਂ ਦੇ ਮੂੰਹ ਦੇ ਉੱਤੇ ਟਾਇਰ ਛੱਪਣਾ ਚਾਹੀਦਾ ਉਹ ਕਾਲਾ ਤੇਰੀ ਵਜ੍ਹਾ ਤੋਂ ਕਹਿੰਦਾ ਤੂੰ ਉਹ ਤੂੰ ਫੜਿਆ ਜਾਂਦਾ ਆ ਇੱਧਰ ਆ ਜਾ ਆਟਾ ਪਾਟਾ ਪਕਾਣਾ ਪਾਟਾ ਨਹੀਂ ਤੇ ਜੇ ਮੂੰਹ ਤੇ ਟਾਇਰ ਛੱਪ ਜਾਣਗੇ ਤੇ ਫੇਰ ਟਾਇਰ ਛੱਪ ਜਾਣਗੇ ਇਹਨਾਂ ਦੇ ਦੂਰੋਂ ਪਤਾ ਲੱਗਿਆ ਵੀ ਇਹਨਾਂ ਦੇ ਮੂੰਹ ਜਰਨਲ ਦੇ ਆ मैं अपनी जगह पे
ਆ ਇੱਕ ਹੀ ਹਰਾਮ ਦਾ ਸਾਡੇ ਕੋਲ ਪੀ ਜਾਂਦਾ ਆ गरीब ते मातरा नूं जफे इहनूं कहना कुछ नहीं इहदे कोल सर माचिस बालण नूं आपी अग पै जाणी जी हजूर अच्छा गल आ गया पैसे इहनां नूं दे यार 5,000 रुपया हल फड़ ओए 5,000 रुपया बहुत हुंदा पुत्र ओए 5,000 फड़ ओए 5,000 आहे 5,000 5,000 ले दे हां बस इहदा नतीजा नतीजा 5 हुण तेरी मारेगा हुण तां अमीर हो गया 5,000 रुपया तेरे को 5,000 तेरे को जाओ वेले फिरो जाओ जाओ ਉਹ ਤਾਂ ਤੁਹਾਡੀ ਦੁਆਰਾ ਸ਼ੁਰੂ ਤੋਂ ਵਿਹਲੇ ਆ ਇਹ ਕੰਮ ਛੱਡਿਓ ਨਾ ਇਹ ਲੱਭਦਾ ਨਹੀਂ ਜੀ ਹਜ਼ੂਰ ਦੇਖੋ ਸੇਠ ਸਾਹਿਬ ਸਭ ਤੋਂ ਪਹਿਲੇ ਤੈਨੂੰ ਕਿਹਾ ਸੀ ਕਿ ਪ੍ਰਾਪਰਟੀ ਇਹ ਜਾਇਦਾਦ ਸਾਰੀ ਵਿਹਲੀ ਕਰਾਉਣੀ ਹੈ ਅੰਦਰੋਂ ਸਮਾਨ ਸਾਰਾ ਬਾਹਰ ਕੱਢ ਦੇ ਇਹ ਮੈਨੂੰ ਚਾਹੀਦੀ ਹੈ ਸਰ ਸਮਾਨ ਤਾਂ ਸਾਡਾ ਤਾਂ ਚੜਿਆ ਜੀ ਹਾਂ ਤੁਹਾਡੇ ਘਰ ਕਿੰਨਾ ਕਿੰਨਾ ਤਾਂ ਚੜਿਆ ਪੱਖਾ ਲਾ ਕੇ ਜਾ ਕੇ ਲੈ ਦਿਓ ਕਿੰਨਾ ਤਾਂ ਚੜਿਆ ਆ ਕਿੰਨਾ ਤਾਂ ਚੜਿਆ ਤੇਰੇ ਨਾਲ ਤਾਂ ਖੜਾ ਆ मदारी को समान गरीब बाहर कढ़ दे मैं दूर कर दे सारे दो बजे बहुत मजेदार मैं ਤੁਹਾਡੇ ਲਈ ਖਾਣਾ ਬਣਾਇਆ ਸੇਠ ਸਾਹਿਬ ਖਾਣਾ ਬਣਾਇਆ ਖਾਣਾ ਖਾਓਗੇ ਨਾ ਸੇਠ ਸਾਹਿਬ ਖਾਵਾਂਗੇ ਖਾਵਾਂਗੇ ਨਾਲੇ ਤੁਸੀਂ ਇਦਾਂ ਕਰਨਾ ਵਾ ਖਾਣਾ ਬਣਾ ਲਿਆ ਹਾਂਜੀ ਜਦੋਂ ਆਟਾ ਗੁੰਨੋ ਤੇ ਮੈਨੂੰ ਬੁਲਾ ਲੈਣਾ ਫੜ ਕੇ ਰੱਖ ਤਾਂ ਕੀ ਗੱਲ ਆ ਭੈਣ ਦੇ ਹੀ ਮੇਰੇ ਨਾਲ